बटाला च इन जायज शराब का काला कारोबार रोकने लई एक्साइज विभाग की उच्च पदरी टीम ने अज देर शाम पिंड परियार विखे एक गुप्त सूचना मिलन ते वड्डी कारवाई करदे होया पंजाब पुलिस दे नाल ज्वाइंट रेड कर एक कार चो तलाशी लेंदे होया करीब 168 बोतलां 14 पेटियां चंडीगढ़ की नजायज शराब बरामद की है। यह शराब कार चे बोरिया विच लुको के रखी हुई सी। गुरदासपुर तो रोहित गुप्ता की रिपोर्ट, लाइव भारत। सुरिंदर सिंह कालू एक्साइज इंस्पैक्टर जी। सुरिंदर जी, अज किथे रेड कीती ते की अज मुखरी आधार ते पिंड बरियार जी थाना घुमान दे रेड किया गया जी, जिदे विच 168 बोतलां 14 पेटियां शराब फड़ी गई। मार्का कैश है जी, ये बनी हुई है जीरे की जी, मालबरो की जी, ते वो बंदे नू इत्थे परचा दर्ज करा दिया थाने कोल। हां, की लगदा जी किन्ने क दा माल होएगा जी? नियर अबाउट 50,000 तो उपर पई। ਇਹਦਾ ਕੋਈ ਸਰਕਾਰੀ ਖਜ਼ਾਨੇ ਨੂੰ ਵੀ ਚੂਨਾ ਲੱਗਦਾ ਜੀ? ਇਸ ਲੱਗਦਾ ਜੀ, ਲੱਗਦਾ ਹਰ ਹਾਲਤ ਲੱਗਦਾ ਜੀ। ਇਹ ਆਪਣਾ ਕਿਸ ਪਾਰਟੀ ਨਾਲ ਸੰਬੰਧਿਤ ਰੱਖਿਆ ਗਿਆ? ਇਹ ਪਾਰਟੀ ਪੂਰੀ ਕੋਈ ਨਹੀਂ ਪਤਾ ਸਾਨੂੰ ਜੀ, ਇਹਦੇ ਮੁਖਬਰੀ ਦੇ ਆਧਾਰ ਤੇ। ਮੇਰਾ ਨਾਮ ਗੁਰਪ੍ਰੀਤ ਹੈ ਜੀ, ਮੈਂ ਬਟਾਲੇ ਤੋਂ ਠੇਕੇਦਾਰ ਹਾਂ ਜੀ। ਹਾਂ, ਠੇਕੇਦਾਰ ਸਾਹਿਬ ਦੇ ਨਾਲ ਕਿੱਥੇ ਰੇਡ ਕੀਤੀ ਤੇ ਕੀ ਬਰਾਮਦ ਹੋਇਆ ਜੀ? ਅੱਜ ਮਾਨਯੋਗ ਸਹਾਇਕ ਆਬਕਾਰੀ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਜੀ ਨੇ ਆਪਣੀ ਟੀਮ ਚ ਆਬਕਾਰੀ ਅਫਸਰ ਰਜਿੰਦਰ ਤਨਵਰ ਜੀ, ਐਕਸਾਈਜ਼ ਇੰਸਪੈਕਟਰ ਸੁਰਿੰਦਰ ਕਾਲੋ ਜੀ, ਅਜੇ ਸ਼ਰਮਾ ਜੀ, ਸੁਖਬੀਰ ਜੀ ਨੂੰ ਇੱਕ ਸਪੈਸ਼ਲ ਟੀਮ ਬਣਾ ਕੇ ਪਿੰਡ ਬਰਿਆੜ ਵਿਖੇ ਰੇਡ ਕੀਤਾ। ਉਹਦੇ ਵਿੱਚ ਉੱਥੋਂ ਕੋਈ ਸਾਵਨਜੀਤ ਹੈ ਜੀ, ਸਾਵਨਜੀਤ ਸਾਨੂੰ ਉਹ ਬਲਵੰਤ ਸਿੰਘ, ਉਸਦੇ ਘਰੋਂ ਰੇਡ ਦੌਰਾਨ 168 ਬੋਤਲਾਂ ਕੈਸ਼ ਵਿਸਕੀ ਬਰਾਮਦ ਹੋਈਆਂ। ਅਤੇ ਸਰਕਾਰੀ ਚੂਨਾ ਵੀ ਲੱਗਦਾ ਜੀ ਇਸ ਹਿਸਾਬ ਨਾਲ? ਸਰਕਾਰੀ ਚੂਨਾ ਬਹੁਤ ਹਾਈ ਲੈਵਲ 'ਤੇ ਲੱਗਦਾ ਜੀ। ਇਹ ਠੇਕੇ ਤੋਂ ਜੀ 130-350 ਰੁਪਏ ਦੀ ਬੋਤਲ ਸੇਲ ਹੁੰਦੀ ਹੈ। ਇਹ ਨਜਾਇਜ਼ੀ ਹੈ ਬਾਹਰੋਂ ਜਿਹੜੀ 2 ਨੰਬਰ 'ਚ ਲਿਆ ਕੇ ਅਤੇ ਸਾਡੇ ਠੇਕੇ ਦੀਆਂ ਸੇਲਾਂ ਖਰਾਬ ਕਰਦੇ ਨੇ ਜੀ। ਬੰਦਾ ਫੜਿਆ ਗਿਆ? ਨਹੀਂ, ਬੰਦਾ ਜਿਹੜਾ ਸਾਵਨਜੀਤ ਹੈ ਜੀ, ਉਹ ਜਦੋਂ ਪੁਲਿਸ ਪਾਰਟੀ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਜੀ। ਕਾਰਵਾਈ ਜੀ, ਸਾਡੇ ਡਿਪਾਰਟਮੈਂਟ ਜਿਹੜੇ ਥਾਣਾ ਘੁਮਾਣ ਵਿਖੇ ਉਹਦੇ ਖਿਲਾਫ ਸਾਵਨਜੀਤ ਦੇ ਖਿਲਾਫ ਮੁਕਦਮਾ ਦਰਜ ਕਰਨ ਲੱਗੇ। ਕਿਹਾ ਜਾ ਰਿਹਾ ਜਿਹੜਾ ਸ਼ਰਾਬ ਤਸਕਰ ਹੈ ਇਹਨੂੰ ਕੋਈ ਸਿਆਸੀ ਹੱਥ ਵੀ ਹੈਗਾ ਜੀ? ਹਾਂਜੀ, ਪਤਾ ਲੱਗਾ ਜੀ, ਸਿਆਸੀ ਸ਼ਹਿਰ 'ਤੇ ਵੇਚਦਾ ਪਿਆ। ਉਹ ਇਨਕੁਆਇਰੀ ਚੱਲਦੀ ਪਈ ਹੈ ਜੀ ਸਾਡੇ ਡਿਪਾਰਟਮੈਂਟ ਜਿਹੜਾ ਉਹਦਾ ਬਰੀਕੀ ਨਾਲ ਜਾਂਚ ਕਰਕੇ ਜੀ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਤੁਹਾਡੇ ਗੜੀ ਮੀਡੀਆ ਗੜੀ ਦੱਸੇ ਜਾਣਗੇ ਜੀ। ਇਹ ਸਾਨੂੰ ਇੱਕ ਮੁਖਬਰ ਤੋਂ ਇਤਲਾਹ ਮਿਲੀ ਸੀ ਵੀ ਉਹ ਸਾਵਨਜੀਤ ਸਿੰਘ ਪਿੰਡ ਬਰਿਆਰ ਜਿਹੜਾ ਚੋਰੀ ਛੁਪੇ ਜਿਹੜਾ ਹੈਗਾ ਲੋਕਾਂ ਨੂੰ ਸ਼ਰਾਬ ਵੇਚਣ ਦਾ ਕੰਮ ਕਰਦਾ ਹੈ, ਜਿਹਦੇ ਨਾਲ ਠੇਕੇਦਾਰਾਂ ਨੂੰ ਬੜਾ ਨੁਕਸਾਨ ਹੋ ਰਿਹਾ ਸੀ। ਇਸ ਕਰਕੇ ਅੱਜ ਅਸੀਂ ਉਹਦੇ ਘਰ ਰੇਡ ਕੀਤੀ ਹੈ ਅਤੇ ਰੇਡ ਕਰਨ ਦੌਰਾਨ ਉਹਦੇ ਪੇਟੀ ਦੇ ਵਿੱਚ ਆਪਣੇ ਟਰੰਕ ਦੇ ਵਿੱਚ ਜਿਹੜੀ 4 ਬੋਰੀਆਂ ਦੇ ਵਿੱਚ ਕਰੀਬ 14 ਪੇਟੀਆਂ ਦੇ ਕਰੀਬ ਜਿਹੜੀ ਇਹ ਸ਼ਰਾਬ ਬਰਾਮਦ ਹੋਈ, ਜਿਹਦਾ ਮਾਰਕਾ ਕੈਸ਼ ਫਾਰ ਸੇਲ ਇਨ ਪੰਜਾਬ ਸੀ। ਜੋ ਸੁਣਨ ਦੇ ਵਿੱਚ ਆਇਆ ਇਹ ਕਾਫੀ ਸਮੇਂ ਤੋਂ ਕੰਮ ਕਰ ਰਿਹਾ ਸੀ। ਉਹ ਮੌਕੇ 'ਤੇ ਹੀ ਤੁਹਾਡੇ ਸਾਹਮਣੇ ਉਹ ਕਹਿ ਰਿਹਾ ਸੀ ਵੀ 4-5 ਵਾਰੀ ਪਹਿਲੇ ਮੇਰੇ ਤਲਾਸ਼ੀ ਲਈ ਗਈ ਪਰ ਕੋਈ ਮਿਲਿਆ ਨਹੀਂ, ਇਸ ਕਰਕੇ ਮੈਨੂੰ ਤੰਗ ਕੀਤਾ ਜਾ ਰਿਹਾ। ਪਰੰਤੂ ਉਹ ਪਹਿਲੇ ਹੀ ਉਹਨੂੰ ਜਾਂ ਤਾਂ ਇਤਲਾਹ ਮਿਲ ਜਾਂਦੀ ਸੀ ਜੇ ਉਹਨੂੰ ਘਰ ਸਮਾਨ ਨਹੀਂ ਮਿਲਦਾ ਸੀ। ਅੱਜ ਅਸੀਂ ਬੜੇ ਤਰੀਕੇ ਨਾਲ ਤੁਹਾਡੇ ਸਹਿਯੋਗ ਨਾਲ ਜੋ ਰੇਡ ਕੀਤਾ ਉਹ ਸਾਡਾ ਕਾਮਯਾਬ ਹੋਇਆ।